ਕੀਤਾ ਹੀ ਨਹੀਂ ਹੈਗਾ, ਅਸੀਂ ਬਾਹਰ ਹੀ ਖੜੇ ਰਹੇ। ਜਦੋਂ ਸਾਨੂੰ ਬੱਚਿਆਂ ਨੇ ਦੱਸਿਆ ਮੈਡਮ ਸਾਡਾ ਪ੍ਰੀ ਪ੍ਰੇਮ ਦਾ ਸਾਰਾ ਸਮਾਨ ਵੀ ਅਲਮਾਰੀਆਂ ਖੁੱਲ੍ਹੀਆਂ ਪਈਆਂ ਨੇ, ਮੈਂ ਇੱਕਦਮ ਹੱਕੀ ਬੱਕੀ ਰਹਿ ਗਈ ਇਹ ਕੀ ਹੋ ਗਿਆ। ਫਿਰ ਦੇਖਿਆ ਪ੍ਰੋਜੈਕਟਰ ਰੂਮ ਵੀ ਦੂਰੋਂ ਅਸੀਂ ਖੜ੍ਹ ਗਏ, ਦੇਖਿਆ ਸਾਰਾ ਸਮਾਨ ਗੈਪ ਸੀ। ਪ੍ਰੀ ਪ੍ਰੇਮ ਜਿੰਨਾ ਅਸੀਂ ਲਿਆਏ ਸੀ ਬੰਡਲ ਬਣਾ ਕੇ ਰੱਖੇ ਸੀ ਨਵੇਂ ਸੈਸ਼ਨ ਦੇ ਵਿੱਚ, ਅਸੀਂ ਦਿਖਾਉਣੇ ਸੀ ਬੱਚਿਆਂ ਨੂੰ, ਉਹ ਸਾਰੇ ਹੀ ਲੈ ਗਏ, ਉਹਨਾਂ ਖਾਣ ਲਈ ਚੀਜ਼ਾਂ ਵੀ ਸਾਰੀਆਂ ਲੈ ਗਏ। ਟੋਟਲੀ ਤਕਰੀਬਨ ਸਾਡਾ ਜਿਹੜਾ ਸਮਾਨ ਸੀ ਬਾਹਰ ਜਿਹੜਾ ਚੱਕ ਕੇ ਲਿਜਾਣ ਵਾਲਾ ਸੀਗਾ ਉਹ ਭੁੱਲ ਗਏ, ਸ਼ਾਇਦ ਉੱਥੇ ਹੀ ਪਿਆ ਰਹਿ ਗਿਆ ਕਾਲੀ ਕਾਲੀ ਦੇ ਵਿੱਚ। ਮੈਨੂੰ ਹੁਣ ਅੱਜ ਮੈਂ ਬੈਠੀ ਸੋਚਦੀ ਸੀ ਪ੍ਰੀ ਪ੍ਰੇਮ ਦੇ ਬੱਚੇ ਨੂੰ ਦਿਖਾਵਾਂਗੀ ਕਿ LD ਵਿੱਚ ਜਿਹੜੇ ਪ੍ਰੋਗਰਾਮ ਪਿੱਛੇ ਭੇਜਦੇ ਸੀ ਸਾਡੇ, ਉਹ ਵੀ ਅਸੀਂ ਵਿਰੋਧ ਦਿਖਾਉਂਦੇ ਸੀ, ਸਾਡਾ ਸਾਰੇ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਇਹ ਸਾਨੂੰ ਮੈਨੂੰ ਖੁਦ ਨੂੰ ਹੈਰਾਨ ਪਰੇਸ਼ਾਨ ਵੀ ਇਹ ਕਿਵੇਂ ਪੂਰਾ ਹੋਊਗਾ। ਕੈਮਰੇ ਵੀ ਸਾਡੇ ਸਾਰੇ ਹੀ ਲੈ ਗਏ ਪੱਟ ਕੇ, ਜਿਹਦੇ ਵਿੱਚ ਲੱਗੇ ਉਹਨਾਂ ਜਿਹਦੇ ਵਿੱਚ ਰਿਕਾਰਡਿੰਗ ਹੁੰਦੀ ਉਹ ਸਾਰਾ, ਪ੍ਰੋਸੈਸਰ ਵੀ ਲੈ ਗਏ, ਕੈਮਰੇ ਤਾਂ ਲੱਗੇ ਪਏ ਨੇ ਪ੍ਰੋਸੈਸਰ ਲੈ ਗਏ ਸਾਰਾ ਛੱਕ ਕੇ, ਪ੍ਰੋਜੈਕਟਰ ਵੀ ਜਿਹੜਾ ਸੀ ਉਹਨਾਂ ਦਾ, ਕੈਮਰੇ ਸੀ, ਲਿਸਨਿੰਗ ਲੈਬ, ਸਾਰਾ ਕੁਛ ਹੀ ਲੈ ਗਏ।